ਬੋਲੋ ਸ਼ਿਵ ਸ਼ੰਕਰ ਪੋਲੇ ਪੰਡਾਰੀ ਮਾਤਾ ਪਾਰਵਤੀ ਕੀ ਜੈ ਮੇਰੇ ਵੱਲੋਂ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੋ ਵੀ ਮੇਰੇ ਇਸ ਕਹਾਣ ਨੂੰ ਸੁਣੇ ਇਸ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਅੱਜ ਮੈਂ ਤੁਹਾਨੂੰ ਸ਼ਿਵਰਾਤਰੀ ਦੀ ਕਹਾਣੀ ਸੁਣਾਵਾਂਗੀ ਜੋ ਇਸ ਪ੍ਰਕਾਰ ਹੈ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਗੁਰੂ ਤਰੂ ਨਾਮ ਦਾ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਜੰਗਲੀ ਜੀਵਰਾਂ ਦਾ ਸ਼ਿਕਾਰ ਕਰਕੇ ਜੀਵਾਂ ਦਾ ਸ਼ਿਕਾਰ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਇੱਕ ਦਿਨ ਸ਼ਿਵਰਾਤਰੀ ਵਾਲੇ ਦਿਨ ਜਦੋਂ ਗੁਰੂ ਤਰੂ ਸ਼ਿਕਾਰ ਕਰਨ ਲਈ ਜੰਗਲ ਵਿੱਚ ਗਿਆ ਤਾਂ ਪੂਰਾ ਦਿਨ ਖੋਜਣ ਦੇ ਬਾਅਦ ਦੇ ਬਾਅਦ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਤਾਂ ਇਸ ਦਿਨ ਭੁੱਖੇ ਪਿਆਸੇ ਰਹਿਣ ਨਾਲ ਸ਼ਿਕਾਰੀ ਦਾ ਸ਼ਿਵਰਾਤਰੀ ਦਾ ਵਰਤ ਪੂਰਾ ਹੋ ਗਿਆ ਪਰ ਉਸ ਦੇ ਬੱਚੇ ਬੱਚੇ ਮਾਤਾ ਪਿਤਾ ਨੂੰ ਭੁੱਖਾ ਰਹਿਣਾ ਪਿਆ ਇਸ ਬਾਅਦ ਦੀ ਉਹ ਬਹੁਤ ਚਿੰਤਾ ਕਰਨ ਲੱਗਾ ਚੱਲਦੇ ਚੱਲਦੇ ਉਹ ਇੱਕ ਨਦੀ ਦੇ ਕਿਨਾਰੇ ਪਹੁੰਚ ਜਾਂਦਾ ਹੈ ਨਦੀ ਨਦੀ ਦੇ ਕਿਨਾਰੇ ਪਹੁੰਚ ਜਾਂਦਾ ਹੈ ਨਦੀ ਵਿੱਚ ਮਟਕੇ ਵਿੱਚ ਪਾਣੀ ਭਰ ਕੇ ਉਹ ਇੱਕ ਦਰਖਤ ਉੱਪਰ ਚੜ ਜਾਂਦਾ ਹੈ ਤੇ ਉਸ ਉਸ ਨੂੰ ਪੂਰੀ ਉਮੀਦ ਸੀ ਕਿ ਕੋਈ ਨਾ ਕੋਈ ਜਾਨਵਰ ਪਾਣੀ ਪੀਣ जरूर ਆਵੇਗਾ ਉਹ ਪੇੜ ਬਲ ਪੱਤਰ ਦਾ ਸੀ ਦਰਖਤ ਬਲ ਪੱਤਰ ਦਾ ਸੀ ਤੇ ਉਸ ਦੇ نیچے ਇੱਕ ਸ਼ਿਵਲਿੰਗ ਸੀ ਬਹੁਤ ਹੀ ਪੁਰਾਣੀ ਸ਼ਿਵਲਿੰਗ ਸੀ ਜੋ ਸੁੱਕੇ ਹੋਏ ਪੱਤਿਆਂ ਦੇ ਨਾਲ ਟਕੀ ਹੋਈ ਹੋਈ ਸੀ ਦਖਾਈ ਨਹੀਂ ਸੀ ਦੇ ਰਹੀ ਦੇ ਰਹੀ ਸੀ ਜਦੋਂ ਰਾਤ ਦਾ ਪਹਿਲਾ ਪੈਰ ਹੋਇਆ ਤਾਂ ਉੱਥੇ ਇੱਕ ਹਿਰਨੀ ਪਾਣੀ ਪੀਣ ਵਾਸਤੇ ਨਦੀ ਦੇ ਕਿਨਾਰੇ ਆਈ ਤਾਂ ਉਸ ਨੂੰ ਦੇਖ ਕੇ ਹੀ ਸ਼ਿਕਾਰੀ ਨੂੰ ਆਪਣਾ ਧਨ ਉਸ ਨੂੰ ਦੇਖ ਕੇ ਹੀ ਸ਼ਿਕਾਰੀ ਨੇ ਆਪਣੇ ਧਨਸ ਵਿੱਚੋਂ ਤੀਰ ਕੱਢ ਕੇ ਮਾਰਨ ਲੱਗਾ ਤਾਂ ਉਸ ਦੇ ਹੱਥਾਂ ਦੀ ਹਲ ਜੋ ਨਾਲ ਬਲ ਪੱਤਰ ਦੇ ਕੁਝ ਪੱਤੇ ਜੋ ਪਾਣੀ ਕੁਝ ਪੱਤੇ ਤੇ ਜੋ ਪਾਣੀ ਜਾਨਵਰਾਂ ਦੇ ਪੀਣ ਲਈ ਰੱਖਿਆ ਸੀ ਉਹ ਸ਼ੈਵਲੰਗ ਉੱਤੇ ਚੜ ਜਾਂਦਾ ਹੈ ਔਰ ਅਣਜਾਣੇ ਮੇਂ ਸ਼کاری ਦੀ ਪਹਿਲੀ ਪੈਰ ਦੀ ਪੂਜਾ ਪੂਰੀ ਹੋ ਜਾਂਦੀ ਹੈ ਜਦੋਂ ਪੱਤਿਆਂ ਦੇ ਪੱਤਿਆਂ ਤੇ ਪਾਣੀ ਦੀ ਆਵਾਜ਼ ਹਿਰਨੀ ਨੇ ਸੁਣੀ ਤਾਂ ਸ਼کاری ਨੇ ਦੇਖਿਆ ਤੇ ਉਹ ਬਹੁਤ ਡਰ ਗਈ ਤੇ ਕਹਿਣ ਲੱਗੀ ਕਿ ਮੈਨੂੰ ਨਾ ਮਾਰੋ ਮੈਨੂੰ ਨਾ ਮਾਰੋ ਤਾਂ ਸ਼کاری ਨੇ ਕਿਹਾ ਕਿ ਮੈਂ ਤਾਂ ਮੈਂ ਤਾਂ ਮੇਰਾ ਪਰਿਵਾਰ 2 ਦਿਨ ਤੋਂ ਭੁੱਖਾ ਆ ਇਸ ਲਈ ਮੈਂ ਤੈਨੂੰ ਨਹੀਂ ਛੱਡ ਸਕਦਾ ਹਿਰਨੀ ਪਪੂਤ ਪੀਤ ਹੋ ਗਈ ਡਰ ਗਈ ਤੇ ਕਹ ਤੇ ਸ਼کاری ਕੋਲ ਜਾਣ ਦੀ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਨ ਲੱਗੀ ਕਿ ਮੇਰੇ ਛੋਟੇ-ਛੋਟੇ ਬੱਚੇ ਹਨ ਉਹ ਮੇਰੇ ਘਰ ਵਾਪਸ ਜਾਣ ਦੀ ਅੜੀ ਕਰ ਰਹੇ ਹਨ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਤੀ ਕੋਲ ਛੱਡ ਕੇ ਆਈਆਂ ਫੇਰ ਤੂੰ ਮੈਨੂੰ ਮਾਰ ਦੇਣਾ ਇੰਨਾ ਟਾਈਮ ਮੈਨੂੰ 2 ਦਿਨ 2 ਦੇ ਦਿਓ ਮੈਂ ਝੂਠ ਨਹੀਂ ਬੋਲ बोल रही तू मेरे ते विश्वास कर जल्दी ही वापस आ जाऊंगी जे मैं बाप सना बांधा मेनू पाप लगे जो विश्वास ਘਾਤੀ ਤੇ ਇਸ ਹਰ ਰੋਈ ਨੂੰ ਲੱਗਦਾ ਹੈ ਇਸ ਪ੍ਰਕਾਰ ਸਰਕਾਰੀ ਨੇ ਹਿਰਨੀ ਦੇ ਕਹਿਣਾ ਮੰਨ ਕੇ ਉਸ ਨੂੰ ਜਾਣ ਦੀ ਆਗਿਆ ਦਿੱਤੀ ਉੱਥੋਂ ਚਲੀ ਗਈ ਕੁਝ ਦੇਰ ਬਾਅਦ ਜਦੋਂ ਸ਼ਿਕਾਰੀ ਨੇ ਸ਼ਕਿਆ ਸ਼ਿਕਾਰੀ ਨੇ ਦੇਖਿਆ ਤਾਂ ਇੱਕ ਮੋਟਾ ਤੇ ਸੋਹਣਾ ਹਿਰਨ ਪਾਣੀ ਪੀਣ ਵਾਸਤੇ ਉੱਥੇ ਆਇਆ ਤਾਂ ਸ਼ਿਕਾਰੀ ਨੇ ਫਿਰ ਦਰਖਤ ਦੇ ਬੈਠੇ ਹਰਨ ਤੇ ਬਾਣ ਚਲਾਇਆ ਤਾਂ ਫਿਰ ਤੂੰ ਕੁਝ ਬਲ ਪੱਤਰ ਤੇ ਜਾਲ ਫਿਰ ਤੂੰ ਸ਼ਿਵਲਿੰਗ ਤੇ ਚੜ ਗਿਆ ਇਸ ਪ੍ਰਕਾਰ ਸ਼ਿਕਾਰੀ ਦੀ ਦੂਸਰੇ ਪੈਰ ਦੀ ਪੂਜਾ ਪੂਜਾ ਵੀ ਹੋ ਗਈ ਤੋਂਸ ਤੇ ਬਾਣ ਚੜਾਇਆ ਦੇਖ ਕੇ ਹਰਨੀ ਹਰਨ ਨੇ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਹੈ ਮੈਂ ਆਪਣੇ ਘਰ ਆਪਣੇ ਬੱਚਿਆਂ ਨੂੰ ਛੱਡ ਕੇ ਪਾਣੀ ਪੀਣ ਵਾਸਤੇ ਆਇਆ ਹਾਂ ਤੇ ਸ਼ਿਕਾਰੀ ਨੂੰ ਕਹਿਣ ਲੱਗਾ ਕਿ ਮੈਨੂੰ ਥੋੜਾ ਸਮਾਂ ਦੇ ਦਿਓ ਮੈਂ ਜਲਦੀ ਹੀ ਆਪਣੇ ਬੱਚਿਆਂ ਨੂੰ ਮਿਲ ਕੇ ਆ ਜਾਊਂਗਾ ਮੇਰੇ ਤੇ ਵਿਸ਼ਵਾਸ ਰੱਖ ਸ਼ਿਕਾਰੀ ਨੇ ਹਿਰਨ ਨੂੰ ਜਾਣ ਦਿੱਤਾ ਜਦੋਂ ਘਰ ਪਹੁੰਚ ਕੇ ਦੋਨੋਂ ਹਿਰਨ ਇੱਕ ਦੂਜੇ ਨੂੰ ਨੂੰ ਦੱਸਦੇ ਹਨ ਦੇ ਦੱਸਦੇ ਹਨ ਕਿ ਬੋਲੇ ਕਿ ਹਮੇ ਜਲਦੀ ਹੀ ਸ਼ਿਕਾਰੀ ਦੇ ਪਾਸ ਜਾਣਾ ਹੈ ਆਪਣਾ ਬੱਚਿਆ ਨੂੰ ਧੀਜ ਦੇ ਕੇ ਜਦੋਂ ਉਹ ਵਾਪਸ ਕਾਰੀ ਦੇ ਪਾਸ ਗਿਆ ਤਾਂ ਸਭ ਤੋਂ ਪਹਿਲਾਂ ਹਿਰਨੀ ਬੋਲੀ ਮੈਂ ਸ਼ਿਕਾਰੀ ਦੇ ਪਾਸ ਜਾਊਂਗੀ ਆਪ ਮੇਰੇ ਬੱਚਿਆਂ ਦਾ ਖਿਆਲ ਰੱਖਣਾ ਹਿਰਨੀ ਦੀ ਬਾਤ ਸੁਣ ਕੇ ਹਿਰਨ ਬੋਲਿਆ ਮਾਂ ਦੇ ਬਿਨਾ ਬੱਚਾ ਕੋਈ ਨਹੀਂ ਸੰਭਾਲ ਸਕਦਾ ਇੱਥੇ ਹੀ ਬੱਚਿਆਂ ਦੇ ਕੋਲ ਰਹਿ ਮੈਂ ਸ਼ਿਕਾਰੀ ਦੇ ਪਾਸ ਜਾਊਂਗਾ ਤੇ ਹਿਰਨੀ ਬੋਲੀ ਕਿ ਪਤੀ ਜੀ ਪਤੀ ਤੋਂ ਬਿਨਾ ਮੈਂ ਕਿਸ ਤਰ੍ਹਾਂ ਜੀਵਨ ਰਹੂੰਗੀ ਸ਼ਿਕਾਰੀ ਆਪਣੂ ਮਾਰ ਦੇਵੇਗਾ ਤਾਂ ਹਰਨੀ ਕਹਿਣ ਲੱਗੀ ਮੈਂ ਜ਼ਰੂਰ ਜਾਵਾਂਗੀ ਫਿਰ ਉਹ ਆਪਣੇ ਬੱਚਿਆਂ ਨੂੰ ਸਮਝ ਕੇ ਦੋਨੋਂ ਇਕੱਠੇ ਚਲੇ ਜਾਂਦੇ ਹਨ ਜਦੋਂ ਬੱਚਿਆਂ ਨੇ ਦੇਖਿਆ ਕਿ ਮਾਤਾ ਪਿਤਾ ਜਾ ਰਹੇ ਹਨ ਤਾਂ ਉਹ ਵੀ ਉਹਨਾਂ ਦੇ ਪਿੱਛੇ-ਪਿੱਛੇ ਜਾਣ ਲੱਗੇ ਇਸ ਪ੍ਰਕਾਰ ਉਹ ਸਾਰੇ ਸ਼ਿਕਾਰੀ ਦੇ پاس ਪਹੁੰਚੇ ਉਹਨਾਂ ਨੂੰ ਦੇਖ ਕੇ ਸ਼ਿਕਾਰੀ ਨੇ ਫਿਰ ਸੋ ਫਿਰ ਤੋਂ ਤਨਸਤੇ ਬਾਣ ਚੜਾਇਆ ਤੇ ਜਿਸ ਨਾਲ ਫਿਰ ਕੁਝ ਬੇਲ ਪੱਤਰ ਸੇਵਲਿੰਗ ਤੇ ਚੜ ਗਏ ਇਸ ਤਰ੍ਹਾਂ ਫਿਰ ਤੋਂ ਸ਼ਿਕਾਰੀ ਦੀ ਤੀਸਰੇ ਪੈਰ ਦੀ ਪੂਜਾ ਹੋ ਗਈ। ਉਹ ਰਸ ਦੇ ਦੋਸ਼ ਕਰਮ ਨਸ਼ਟ ਹੋ ਗਿਆ ਤੇ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਫਿਰ ਨੇ ਕਿਹਾ ਕਿ ਹਮ ਸਾਰੇ ਆ ਗਏ ਹਾਂ ਆਪ ਸਾਨੂੰ ਮਾਰ ਕੇ ਆਪਣੇ ਪਰਿਵਾਰ ਦੀ ਭੁੱਖ ਮਟਾਲਾ। ਫਿਰ ਸ਼ਿਕਾਰੀ ਨੂੰ ਭਗਵਾਨ ਸ਼ਿਵਜੀ ਦੇ ਗਿਆਨ ਪ੍ਰਾਪਤੀ ਦੁਆਰਾ ਗਿਆਨ ਪ੍ਰਾਪਤੀ ਦੁਆਰਾ ਸ਼ਿਕਾਰੀ ਸੋਚਣ ਲੱਗਾ। ਮੇਰੇ ਨਾਲੋਂ ਤਾਂ ਜ਼ਿਆਦਾ ਜੰਗਲੀ ਜੀਵਨ ਹੀ ਚੰਗੇ ਹਨ। ਜੀਵ ਹੀ ਚੰਗੇ ਹਨ ਜੋ ਆਪਣੇ ਗਿਆਨ ਬੁੱਧੀ ਹੋ ਕੇ ਵੀ ਆਪਣੇ ਸਰੀਰ ਦੇ ਰਹੇ ਹਨ ਹੇ ਮੈਂ ਮਨੁੱਖ ਦਾ ਜੀਵਨ ਪਾ ਕੇ ਵੀ ਹਤਿਆਰਾ ਬਣ ਚੁੱਕਾ ਹਾਂ ਇਹ ਸੋਚ ਕੇ ਸ਼ਿਕਾਰੀ ਬੋਲਿਆ ਤੁਮ ਸਾਰੇ ਧਨ ਹੋ ਮਿੱਤ ਤੁਹਾਡਾ ਜੀਵਨ ਸਫਲ ਹੈ ਜਾਓ ਮੈਂ ਹਮ ਤੁਹਾਨੂੰ ਨਹੀਂ ਮਾਰਦਾ ਤੁਮ ਬਿਨਾ ਡਰੇ ਇੱਥੇ ਚਲੇ ਜਾਓ ਸ਼ਿਕਾਰੀ ਦੇ ਐਸਾ ਕਹਿਣ ਤੇ ਸੁਖ ਸਾਧ ਭੋਲੇ ਬਾਬਾ ਪ੍ਰਗਟ ਹੋਏ ਤੇ ਕਹਿਣ ਲੱਗੇ ਕਿ ਮੈਂ ਤੇਰੇ ਤੋਂ ਬਹੁਤ ਪਰੇਸ਼ਾਨ ਹਾਂ ਤੂੰ ਮਨ ਚਾਹਾ ਵਾਰ ਮੰਗ ਇਹ ਸੁਣ ਕੇ ਸ਼ਿਕਾਰੀ ਸ਼ਿਵ ਸ਼ੰਕਰ ਦੇ ਚਾਰਨਾ ਵਿੱਚ ਡਿੱਗ ਪਏ ਤੇ ਅੱਖਾਂ ਵਿੱਚ ਅਥਰੂ ਆਉਣ ਲੱਗੇ ਤੇ ਫਿਰ ਸ਼ਿਵ ਸ਼ੰਕਰ ਨੇ ਉਸ ਨੂੰ ਸੁਖ ਸੁਖ ਸ਼ਾਂਤੀ ਵਰਦਾਨ ਦੇ ਕੇ ਉਸ ਨੂੰ ਗੁਰੂ ਨਾਮ ਗੁਰੂ ਨਾਮ ਪ੍ਰਦਾਨ ਕੀਤਾ। ਇਹ ਹੀ ਇਹ ਉਹੀ ਗੁਰੂ ਸੀ ਜਿਸ ਨੇ ਭਗਵਾਨ ਰਾਮ ਦੀ ਦੇ ਨਾਲ ਮਿੱਤਰਤਾ ਕੀਤੀ ਸੀ। ਮੇਰੀ ਇਸ ਕਥਾ ਨੂੰ ਜੋ ਵੀ ਪੜ੍ਹੇ ਸੁਣੇ ਭਗਵਾਨ ਸ਼ਿਵ ਸ਼ੰਕਰ ਭੋਲੇ ਪੰਡਾਰੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ। ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਹੋਵੇ। ਬੋਲੋ ਸੇਵ ਸ਼ੰਕਰ ਪੋਲੇ ਭੰਡਾਰੀ ਕੀ ਜੈ